ਸਤਿ ਸ਼੍ਰੀ ਅਕਾਲ ਜੀ। ਦੁਬਾਰਾ ਜੋ ਕੱਲ੍ਹ ਦਾ ਸਾਡਾ ਰੂਟ ਹੈ ਟਰੈਕਟਰ ਮਾਰਚ ਦਾ ਰੂਟ ਦੇ ਉੱਤੇ ਪ੍ਰੈਜ਼ੈਂਟ ਹੈ। ਅਸੀਂ ਦੁਪਹਿਰ ਤੋਂ ਲੈ ਕੇ ਹੁਣ ਤੱਕ ਵੀਡੀਓਜ਼ ਬਣਾ ਰਹੇ ਸੀਗੇ, ਲਾਈਵ ਹੋ ਰਹੇ ਸੀ। ਵੀਡੀਓ ਜਿਹੜੀ ਬਣ ਚੁੱਕੀ ਹੈ ਰਾਤ ਨੂੰ ਉਹ ਵੀ ਸ਼ੇਅਰ ਕਰਾਂਗੇ। ਹੁਣ ਵੀ ਅਸੀਂ ਦਿੱਲੀ ਦੇ ਇੱਕ ਬਹੁਤ ਬਿਜ਼ੀ ਏਰੀਏ ਦੇ ਵਿੱਚ ਖੜ੍ਹੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਸਾਰਾ ਬਾਜ਼ਾਰ ਹੈ। ਜੇ ਤੁਸੀਂ ਘੁੰਮ ਕੇ ਦੇਖੋ ਇੱਧਰ ਵੀ ਸਾਰਾ ਬਾਜ਼ਾਰ ਹੈ। ਇਹ ਅਸੀਂ ਸੈਂਟਰ ਪੁਆਇੰਟ 'ਤੇ ਕਿਤੇ ਖੜ੍ਹੇ ਹਾਂ ਜੀ। ਇਹ ਕੱਲ੍ਹ ਜਦੋਂ ਟਰੈਕਟਰ ਪਰੇਡ ਲੰਘੇਗਾ ਅਤੇ ਇੱਥੋਂ ਦੀ ਸਾਡਾ ਟਰੈਕਟਰ ਪਰੇਡ ਜਾਏਗਾ। ਆਹ ਸਾਰੀਆਂ ਦਿੱਲੀ ਦੀਆਂ ਬੱਸਾਂ ਨੇ ਦਿੱਲੀ ਦੀਆਂ ਸੜਕਾਂ ਦੇ ਉੱਪਰ। ਗੱਲ ਕਰਦੇ ਹਾਂ, ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜੀ ਮੇਰੇ ਨਾਲ ਨੇ। ਰਜਿੰਦਰ ਜੀ, ਅੱਜ ਅਸੀਂ ਅੱਗੇ ਦੀ ਕਾਲ ਵੀ ਦੇ ਦਿੱਤੀ, ਜਿਵੇਂ ਰੋਸ ਦੇਖਣ ਨੂੰ ਮਿਲ ਰਿਹਾ ਸੀ ਕਿ ਟਰੈਕਟਰ ਮਾਰਚ ਸਹੀ ਨਹੀਂ ਹੈ, ਦਿੱਲੀ ਤੋਂ ਬਾਹਰ ਹੈ। ਬਹੁਤ ਸਾਰੇ ਲੋਕਾਂ ਨੇ ਸਵਾਲ ਚੱਕੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹ ਇਸੇ ਕਰਕੇ ਆਪਾਂ ਦਿਖਾ ਰਹੇ ਹਾਂ ਕਿ ਆਪਾਂ ਭਵਾਨਾ ਦੇ ਵਿੱਚ ਖੜ੍ਹੇ ਹਾਂ। ਇੱਥੋਂ ਹੀ ਕੱਲ੍ਹ ਨੂੰ ਸਾਡਾ ਜਿਹੜਾ ਟਰੈਕਟਰ ਪਰੇਡ ਹੈਗੀ ਆ ਉਹ ਨਿਕਲਣੀ ਹੈ। ਇਹ ਤੁਸੀਂ ਦੇਖ ਸਕਦੇ ਹੋ ਕਿੰਨਾ ਬਿਜ਼ੀ ਇਲਾਕਾ। ਸਪੀਕਰ 'ਤੇ ਵੀ ਅਨਾਊਂਸਮੈਂਟ ਹੋ ਰਹੀ ਹੈਗੀ ਆ ਕਿ ਇਸ ਪਾਸੋਂ ਟਰੈਕਟਰ ਪਰੇਡ ਨਿਕਲਣੀ ਹੈ, ਇੱਧਰ ਵਹੀਕਲ ਜਿਹੜੇ ਆ ਘੱਟ ਲੈ ਕੇ ਆਓ ਕਿਉਂਕਿ ਬਹੁਤ ਬਿਜ਼ੀ ਏਰੀਆ ਹੈਗਾ। ਤੋ ਆਪਾਂ ਅੱਗੇ ਕਿਹਾ ਸੀਗਾ ਕਿ ਜਿਹੜਾ ਇਹ ਪ੍ਰਚਾਰਿਆ ਗਿਆ ਕਿ ਦਿੱਲੀ ਤੋਂ ਬਾਹਰ ਆ ਉਹ ਭਰਮ ਦੂਰ ਕਰਨ ਵਾਸਤੇ, ਕਿਉਂਕਿ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜਿਹੜੇ ਸ਼ੰਕੇ ਖੜ੍ਹੇ ਕੀਤੇ ਜਾ ਰਹੇ ਸੀਗੇ। ਤੋ ਇਹ ਦਿਖਾਉਣ ਵਾਸਤੇ ਅਗਲੀ ਗੱਲ, ਜਿਹੜਾ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਸੀ ਵੀ 26 ਨੂੰ ਉੱਦਾਂ ਨਹੀਂ ਕੀਤਾ ਵੀ ਸ਼ਾਇਦ 26 ਆਖਰੀ ਕਾਲ ਹੈਗੀ ਆ, ਪਰ ਉਹ ਦੱਸਣ ਵਾਸਤੇ ਕਿ 26 ਆਖਰੀ ਨਹੀਂ ਹੈ। 1 ਫਰਵਰੀ ਨੂੰ ਅਸੀਂ ਜਦੋਂ, ਕਿਉਂਕਿ 29 ਤੋਂ ਜਿਹੜਾ ਬਜਟ ਸੈਸ਼ਨ ਆ ਉਹ ਸ਼ੁਰੂ ਹੋ ਰਿਹਾ ਪਾਰਲੀਮੈਂਟ ਦੇ ਵਿੱਚ, ਸਰਦ ਰੁੱਤ ਦਾ ਜਿਹੜਾ ਪਾਰਲੀਮੈਂਟ ਦਾ ਇਜਲਾਸ ਸੀਗਾ ਮੋਦੀ ਸਰਕਾਰ ਨੇ ਰੱਦ ਕਰਤਾ ਕਰੋਨਾ ਦੀ ਆੜ ਦੇ ਵਿੱਚ। ਡਰ ਉਦੋਂ ਵੀ ਸੀਗਾ ਕਿਉਂਕਿ ਖੇਤੀ ਕਾਨੂੰਨਾਂ ਦੇ ਖਿਲਾਫ ਜਿੱਡੀ ਵੱਡੀ ਲਹਿਰ ਉੱਠੀ ਹੋਈ ਆ ਕਿ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਹੈਗਾ ਰੌਲਾ ਪਊਗਾ। ਪਰ ਹੁਣ ਬਜਟ ਸੈਸ਼ਨ ਰੱਦ ਨਹੀਂ ਕਰ ਸਕਦੇ, ਬਜਟ ਪਾਸ ਕਰਨਾ ਹੀ ਕਰਨਾ, ਜਿਸ ਕਰਕੇ ਪਾਰਲੀਮੈਂਟ ਕਈ ਦਿਨ ਚੱਲੂਗੀ। ਔਰ ਜਿਹੜਾ ਹੁਣ ਬੇਨਤੀ ਕਰਤੀ ਆ, ਕੱਲ੍ਹ ਵੀ ਅਸੀਂ ਕੀਤੀ ਸੀ ਕਿ ਕਿਸਾਨ ਪਰੇਡ ਤੋਂ ਬਾਅਦ ਟਰੈਕਟਰ ਦਿੱਲੀ ਦੇ ਆਲੇ ਦੁਆਲੇ KMP ਰੋਡ ਦੇ ਉੱਪਰ ਸਾਰੀ ਦਿੱਲੀ ਘੇਰ ਕੇ ਰੱਖੋ, ਔਰ 29 ਤੋਂ ਪਤਾ ਲੱਗੇ ਕਿ ਕਿਹੜੀ ਪਾਰਟੀ ਅਤੇ ਕਿਹੜੇ MP ਕੀ ਬੋਲਦੇ ਆ ਕਿਸਾਨਾਂ ਦੇ ਬਾਰੇ। ਔਰ 1 ਫਰਵਰੀ ਨੂੰ ਲੱਖਾਂ ਦੀ ਗਿਣਤੀ 'ਚ ਆਪਾਂ ਸਾਰੇ ਟਰੈਕਟਰ ਛੱਡ ਕੇ ਜਿੱਥੇ ਜਾਮ ਲਾਇਆ ਹੋਊ ਲਾ ਕੇ ਪੈਦਲ ਮਾਰਚ ਪਾਰਲੀਮੈਂਟ ਵਾਲੇ ਪਾਸੇ ਕਰਨਾ, ਔਰ ਉਦੋਂ ਪਾਰਲੀਮੈਂਟ ਦੇ ਸਾਹਮਣੇ ਤੱਕ ਜਾਵਾਂਗੇ, ਆਪਣੀ ਜਿਹੜੀ ਆਵਾਜ਼ ਹੈਗੀ ਆ ਉਹ ਬੁਲੰਦ ਕਰਾਂਗੇ। ਇੱਕ ਵਾਰ ਫਿਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜਿਹੜਾ ਬਿਜ਼ੀ ਏਰੀਆ, ਅਫਵਾਹਾਂ ਤੋਂ ਬਚੋ। ਰਜਿੰਦਰ ਜੀ ਨੇ ਦੱਸਿਆ ਕਿ ਅਸੀਂ ਇੱਕ ਬਿਜ਼ੀ ਏਰੀਆ ਦੇ ਵਿੱਚ ਖੜ੍ਹੇ ਹਾਂ ਜਿੱਥੋਂ ਦੀ ਕੱਲ੍ਹ ਟਰੈਕਟਰ ਮਾਰਚ ਚੱਲੇਗਾ। ਰਜਿੰਦਰ ਜੀ, ਇੱਕ ਚੀਜ਼ ਦੁਬਾਰਾ, ਕਿਉਂਕਿ ਦੁਬਾਰਾ ਫਿਰ ਵਿਊਅਰ ਨਾਲ ਜੁੜੇ ਨੇ, ਸਾਰੇ ਤੁਹਾਡੀ ਗੱਲ ਨੂੰ ਸੁਣ ਰਹੇ ਨੇ, ਆਪਣੇ ਪ੍ਰਸਤਾਵ ਰੱਖ ਰਹੇ ਨੇ। ਕਈ ਲੋਕ ਬਹੁਤ ਜਾਲੀ ਆਈਡੀਆਂ ਬਣਾ ਕੇ ਲੋਕਾਂ ਦੇ ਵਿੱਚ ਗਲਤ ਮੈਸੇਜ ਪਾਉਂਦੇ ਨੇ, ਜਿਨ੍ਹਾਂ ਨੂੰ 10-10 ਦਿਨ ਆਈਡੀਆਂ ਬਣੀਆਂ ਨੂੰ ਹੋਏ ਨੇ, ਪਰ ਲੋਕਾਂ ਨੂੰ ਗਲਤ ਤਰੀਕੇ ਨਾਲ ਉਹ ਦੱਸ ਰਹੇ ਨੇ। ਉਹਨਾਂ ਲੋਕਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ BJP ਦਾ IT ਸੈੱਲ ਵੀ ਹੋ ਸਕਦਾ, ਇਹ ਸਰਕਾਰਾਂ ਦੇ ਇਸ਼ਾਰੇ 'ਤੇ ਕੰਮ ਕਰਨ ਵਾਲੇ ਵੀ ਹੋ ਸਕਦੇ ਨੇ, ਇਹ ਕੋਈ ਸ਼ਰਾਰਤੀ ਅਨਸਰ ਵੀ ਹੋ ਸਕਦੇ ਨੇ। ਦੇਖੋ, ਇਹਦੇ 'ਚੋਂ ਕੁਛ ਕੁ ਲੋਕ ਤਾਂ ਜਿਹੜੇ ਸਹਿਰਦ ਆ ਜੀ, ਜਿਨ੍ਹਾਂ ਦਾ ਇਹ ਸਵਾਲ ਸੀਗਾ, ਕਿਉਂਕਿ ਜਿਸ ਤਰ੍ਹਾਂ ਦੀਆਂ ਅਫਵਾਹਾਂ ਫੈਲਦੀਆਂ, ਸਾਡੇ ਜਿਹੜੇ ਸਹਿਰਦ ਲੋਕ ਸਾਡੇ ਨਾਲ ਜੁੜੇ ਹੈਗੇ ਆ, ਉਹ ਕਈ ਵਾਰੀ ਜਾਣਨ ਵਾਸਤੇ ਵੀ ਸਵਾਲ ਪੁੱਛਦੇ ਆ। ਪਰ ਇਹਦੇ 'ਚੋਂ ਕਾਫੀ ਵੱਡਾ ਹਿੱਸਾ ਜਿਹੜਾ ਹੈਗਾ ਉਹ ਆ ਜਿਹੜਾ ਇਸ ਅੰਦੋਲਨ ਬਾਰੇ ਭੁਲੇਖੇ ਖੜ੍ਹੇ ਕਰਨ ਵਾਸਤੇ ਅਤੇ ਅੰਦੋਲਨ ਨੂੰ ਡਿਵਾਈਡ ਕਰਨ ਵਾਸਤੇ ਕੋਸ਼ਿਸ਼ਾਂ ਕਰ ਰਿਹਾ। ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਜਾਰੀ ਰਹੀਆਂ, ਉਹਦਾ ਕਾਰਨ ਆ ਇੱਕ, ਉਹਦਾ ਕਾਰਨ ਇਹ ਆ ਕਿਉਂਕਿ ਜਿੱਡਾ ਵੱਡਾ ਇਹ ਦੁਨੀਆ ਦਾ ਹੁਣ ਤੱਕ ਦਾ ਇਤਿਹਾਸ ਦਾ ਸਭ ਤੋਂ ਵੱਡਾ ਕਿਸਾਨ ਅੰਦੋਲਨ ਬਣ ਗਿਆ, ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਪਰੇਸ਼ਾਨ ਆ, ਜਿਹੜੇ ਲਟੇਰੇ ਨੇ ਉਹ ਪਰੇਸ਼ਾਨ ਆ, ਜਿਹੜੀਆਂ ਕਾਰਪੋਰੇਟ ਆ ਉਹ ਪਰੇਸ਼ਾਨ ਹੈਗਾ ਕਿਉਂਕਿ ਕਾਰਪੋਰੇਟ ਘਰਾਣਿਆਂ ਨੂੰ ਲੋਕਾਂ ਨੇ ਦੁਸ਼ਮਣ ਦੇ ਤੌਰ 'ਤੇ ਦੇਖ ਲਿਆ। ਤੋ ਉਹ ਸਾਰੇ ਲਗਾਤਾਰ ਇਸ ਤਰ੍ਹਾਂ ਦਾ ਗੁੰਮਰਾਹ ਉਹਨੂੰ ਪ੍ਰਚਾਰ ਕਰ ਰਹੇ ਵੀ ਕਿਸੇ ਤਰੀਕੇ ਨਾਲ ਇਸ ਅੰਦੋਲਨ ਨੂੰ ਫੇਲ ਕੀਤਾ ਜਾਵੇ, ਆਗੂਆਂ ਬਾਰੇ ਭੁਲੇਖੇ ਖੜ੍ਹੇ ਕੀਤੇ ਜਾਣ, ਤਾਂ ਜੋ ਜਿਹੜੀ ਇੱਕ ਵੱਡੀ ਲਹਿਰ ਹੋਈ ਆ, ਜੇ ਲਹਿਰ ਕਾਮਯਾਬ ਹੋ ਜਾਂਦੀ ਆ ਤਾਂ ਅੱਗੇ ਤੋਂ ਵੀ ਲੋਕਾਂ ਨੇ ਆਪਣੇ ਹੱਕਾਂ ਪ੍ਰਤੀ ਇੰਨਾ ਜਾਗਰਤ ਹੋਣਾ ਕਿ ਇਹਨਾਂ ਕਾਰਪੋਰੇਟ ਘਰਾਣਿਆਂ ਦੀ ਲੁੱਟ ਨੂੰ ਨੱਥ ਪੈਣੀ ਆ, ਸਿਆਸੀ ਪਾਰਟੀਆਂ ਦੇ ਲੋਕਾਂ ਨੇ ਝਾਂਸੇ 'ਚੋਂ ਹਟ ਜਾਣਾ, ਅਫਸਰਸ਼ਾਹੀ ਦੇ ਖਿਲਾਫ਼ ਜਿਹੜੇ ਹੈਗੇ ਆ ਗਲਤ ਕੰਮਾਂ ਖਿਲਾਫ਼ ਖੜ੍ਹੇ ਹੋ ਜਾਣਾ। ਇਸੇ ਕਰਕੇ ਉਹ ਘੋਲ ਦੇ ਪ੍ਰਤੀ ਜਿਹੜੇ ਸ਼ੰਕੇ ਖੜ੍ਹੇ ਕਰ ਰਹੇ ਆ। ਪਰ ਤੁਸੀਂ ਦੇਖੋ ਕਿ ਕੱਲ੍ਹ ਨੂੰ ਸਿਰਫ ਦਿੱਲੀ ਦੇ ਵਿੱਚ ਹੀ ਨਹੀਂ, ਦੇਸ਼ ਦੇ ਦੂਰ ਦਰਡ ਇਲਾਕਿਆਂ ਦੇ ਵਿੱਚ ਤੁਸੀਂ ਸਾਰੇ ਜਿਹੜੇ ਚੈਨਲ ਹੈਗੇ ਆ ਜਾਂ ਹੋਰ
गोदी मीडिया नूं छड्ड के देखते रहो, तुहानूं पता लगू कि दुनिया च किवें इस अंदोलन की जिहड़ी आ कल सुबह तो गूंज पैनी शुरू हो जानी आ। रजिंदर जी एक चीज़ पूछनी चाहवांगा कि कल नूं जो ट्रैक्टर परेड है दिल्ली दा कोई आइडिया घट्टो घट किन्ने किलोमीटर एरिया कवर कर रही है? देखो असी पांच थावां तो दिल्ली च एंटर कर रहे हैगे आ, तो जे आपां सारे पासे ला लईए तां दिल्ली दे विच 500 किलोमीटर तक असी आवांगे, क्योंकि दिल्ली एक पास्यो नहीं आना गा, सारे पास्यो दिल्ली च वड़ना हैगा, सारे पास्यो दिल्ली शहर दे विच तक जिहड़ा हैगा वह आना 500 किलोमीटर तक जिहड़ा हैगा वह असी आवांगे। यह जिवें गल कीती जा रही सी कि ट्रैक्टर लखां दी तदार दे विच, क्योंकि रिपोर्ट आ रही है कि सिंघू बॉर्डर ते ही 2 to 2.5 lakh ट्रैक्टर इस वेले आ चुके हैं, किन्ने किन्ने किलोमीटरां दा सौवां दे हिसाब दे नाल किलोमीटरां दा जाम लगेगा ट्रैक्टरां दा? मैनू परसनली लगता कि रिंग रोड दे उपर यह पॉसीबल नहीं हो सकता सी, साडियां जथेबंदियां ने बड़े सुचजे ढंग दे नाल नगोशिएशन करके ये रूट लिया है। ਇਹ ਰੂਟ ਲੈਣ ਦੇ ਨਾਲ ਕਿਤੇ ਨਾ ਕਿਤੇ ਰੂਟ ਦੇ ਵਿੱਚ ਵਾਧਾ ਹੋਇਆ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਇਹ ਗੱਲ ਬਿਲਕੁਲ ਠੀਕ ਆ, ਕਿਉਂਕਿ ਜਿਹੜਾ ਇਹ ਰੂਟ ਅਲੱਗ ਅਲੱਗ ਰੂਟ ਬਣਾਏ ਆ ਉਹਦਾ ਕਾਰਨ ਇਹੀ ਸੀਗਾ ਕਿ ਜਿੰਨੀ ਵੱਡੀ ਪੱਧਰ 'ਤੇ ਰਿਸਪੋਂਸ ਆ ਰਿਹਾ ਸੀਗਾ, 10 lakh ਲੋਕ, 10 lakh ਟਰੈਕਟਰ, ਔਰ ਇਸ ਕਰਕੇ ਸਾਰੀਆਂ ਜਥੇਬੰਦੀਆਂ ਨੇ, ਪੰਜਾਬ ਭਰ ਦੀਆਂ ਜਥੇਬੰਦੀਆਂ ਨੇ, ਦੇਸ਼ ਭਰ ਦੀਆਂ ਜਥੇਬੰਦੀਆਂ ਨੇ ਇੱਕ ਮੱਤ ਹੋ ਕੇ ਇਹ ਕਿਹਾ ਕਿ ਆਪਾਂ ਨੂੰ ਜਿਹੜੀ, ਕਿਉਂਕਿ 5 ਮੀਟਿੰਗਾਂ ਚੱਲੀਆਂ ਪੁਲਿਸ ਦੇ ਨਾਲ, ਔਰ ਜਿਹੜਾ ਇਹ ਰੂਟ ਅਸੀਂ ਚੇਂਜ ਕੀਤਾ ਜਥੇਬੰਦੀਆਂ ਨੇ ਲਗਾਤਾਰ ਰਾਏ ਕਰਕੇ, ਕਿ ਸਿਰਫ ਇਹ ਨਹੀਂ ਗਾ ਕਿ ਆਪਾਂ ਇੱਕ ਰੋਡ 'ਤੇ ਜਾਣਾ, ਆਪਾਂ ਆਪਣੀ ਕਿਸਾਨ ਪਰੇਡ ਦਿਖਾਉਣੀ ਵੀ ਹੈਗੀ ਆ, ਤੋ ਇਸ ਕਰਕੇ ਅਲੱਗ ਅਲੱਗ ਰੂਟਸ ਦੇ ਉੱਪਰ ਅਲੱਗ ਅਲੱਗ ਪਾਸੇ ਜਿਹੜੀਆਂ ਸੀਗੀਆਂ ਕਿਸਾਨ ਪਰੇਡ ਕੱਢਣ ਦਾ ਇਹ ਫੈਸਲਾ ਇੱਕ ਮੱਤ ਇੱਕ ਸੁਰ ਹੋ ਕੇ ਔਰ ਪ੍ਰਸਥਿਤੀਆਂ ਨੂੰ ਦੇਖ ਕੇ ਜਿਹੜਾ ਹੈਗਾ ਉਹਦੇ 'ਚ ਤਹਿਤ ਕੀਤਾ ਗਿਆ, ਔਰ ਜਿਹੜਾ ਉਹਦੇ ਬਾਰੇ ਭੁਲੇਖੇ ਖੜੇ ਕੀਤੇ ਸੀ ਉਹ ਅੱਜ ਅਸੀਂ 2 videos ਰਾਹੀਂ ਜਾਰੀ ਕਰਤਾ ਕਿ ਇਹ ਬਿਲਕੁਲ ਜਿਹੜਾ ਕਹਿੰਦੇ ਇੱਕ ਉਜਾੜ ਇਲਾਕੇ 'ਚ ਆ ਦਿੱਲੀ ਤੋਂ ਬਾਹਰ ਆ, ਉਹ ਅਸੀਂ ਬਿਲਕੁਲ ਸਪਸ਼ਟ ਸਾਰਿਆਂ ਨੂੰ ਦਿਖਾ ਦਿੱਤਾ ਹੈਗਾ ਕਿ ਇਹ ਦਿੱਲੀ ਸ਼ਹਿਰੀ ਇਲਾਕੇ 'ਚ ਵੀ ਆ, ਪੇਂਡੂ ਇਲਾਕੇ 'ਚ ਵੀ ਆ, ਹਾਂ ਇਹ ਕੁਛ ਇਲਾਕਿਆਂ 'ਚ ਖਾਲੀ ਵੀ ਹੋਊਗਾ, ਔਰ ਇਹ ਰਿੰਗ ਰੋਡ ਦੇ ਉੱਪਰ ਵੀ ਆ, ਕਿ ਉਹਦਾ ਵੱਡਾ ਹਿੱਸਾ ਜਿਹੜਾ ਸੀਗਾ ਉਹ ਫਲਾਈਓਵਰ ਸੀਗਾ, ਠੀਕ ਆ, ਉਹਦੇ 'ਚ ਵੀ ਲੋਕਾਂ ਨੇ ਮਿਲਣਾ ਸੀਗਾ ਵੱਡੀ ਗਿਣਤੀ 'ਚ, ਇੱਧਰ 'ਚ ਵੀ ਲੋਕਾਂ ਨੇ ਮਿਲਣੇ ਸੀਗੇ, ਉਹਦੇ 'ਚ ਵੱਡਾ ਹਿੱਸਾ ਖਾਲੀ ਸੀ, ਇਹਦੇ 'ਚ ਛੋਟਾ ਹਿੱਸਾ ਜਿਹੜਾ ਹੈਗਾ ਉਹ ਖਾਲੀ ਆ। ਰਜਿੰਦਰ ਜੀ ਇੱਕ ਬੜਾ ਜੈਨੂਅਨ ਸਵਾਲ ਪੁੱਛਿਆ ਗਿਆ ਕਿ ਸਾਨੂੰ ਇਹ ਇਤਰਾਜ਼ ਨਹੀਂ ਹੈ ਕਿ ਤੁਸੀਂ ਜਿਹੜਾ ਰੂਟ ਹੈ ਬਦਲ ਦਿੱਤਾ, ਸਾਨੂੰ ਇਤਰਾਜ਼ ਇਹ ਹੈ ਕਿ ਪੰਜਾਬ ਦੇ ਵਿੱਚੋਂ ਅਸੀਂ ਰਿੰਗ ਰੋਡ 'ਤੇ ਮਾਰਚ ਕਰਨ ਲਈ ਆਏ ਸੀ, ਤੁਸੀਂ ਪਹਿਲਾਂ ਰਿੰਗ ਰੋਡ ਕਿਹਾ ਸੀ ਹੁਣ ਤੁਸੀਂ ਇਹ ਰੂਟ ਲੈ ਲਿਆ, ਇਹਦੇ ਬਾਰੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਦੇਖੋ ਇਹ ਗੱਲ ਠੀਕ ਆ ਕਿ ਸਾਡੇ ਇਸ ਘੋਲ ਦੇ ਨਾਲ ਜਿੰਨੇ ਲੋਕ ਜੁੜ ਚੁੱਕੇ ਆ ਉਹ ਜੋ ਵੀ ਜਥੇਬੰਦੀਆਂ ਸੱਦਾ ਦਿੰਦੀਆਂ ਨੇ ਉਹ ਆਪਣੇ ਮਨ 'ਚ ਵਸਾ ਲੈਂਦੇ ਔਰ ਉਹਨੂੰ ਬਿਲਕੁਲ ਲਾਗੂ ਕਰਨ ਦੀ ਜਿਹੜੀ ਹੈਗੀ ਆ ਉਹ ਕੋਸ਼ਿਸ਼ ਕਰਦੇ ਆ, ਤੋ ਉਹਨਾਂ ਸਾਡੇ ਵੀਰਾਂ ਨੂੰ ਭੈਣਾਂ ਨੂੰ ਇਹੀ ਬੇਨਤੀ ਆ ਕਿ ਇੱਥੇ ਜਿਹੜੇ ਆਗੂ ਲੜ ਰਹੇ ਉਹਨਾਂ ਨੇ ਪ੍ਰਸਥਿਤੀਆਂ ਮੁਤਾਬਕ ਫੈਸਲਾ ਲਿਆ, ਆਪਣੀ ਕਿਸਾਨ ਪਰੇਡ ਨੂੰ ਬਿਹਤਰ ਕਰਨ ਵਾਸਤੇ ਔਰ ਸਫਲ ਕਰਨ ਵਾਸਤੇ ਫੈਸਲਾ ਲਿਆ, ਇਹਦੇ ਪਿੱਛੇ ਇਹੀ ਮਨਸ਼ਾ, ਹੋਰ ਕੋਈ ਮਨਸ਼ਾ ਨਹੀਂ। ਜੇ ਹੋਰ ਕੋਈ ਮਨਸ਼ਾ ਹੁੰਦੀ ਤਾਂ 1 February ਨੂੰ ਅਸੀਂ ਜਿਹੜਾ ਸੰਸਦ ਦਾ ਘਰਾਓ ਸੀਗਾ ਸੰਸਦ ਵੱਲ ਮਾਰਚ ਕਰਨ ਦਾ ਸੀ ਇਹ ਫੈਸਲਾ ਨਾ ਲੈਂਦੇ। ਆਪਾਂ ਕਹਿ ਕੇ ਆਏ ਹਾਂ, ਤਿਆਰੀ ਕਰਕੇ ਆਏ ਹਾਂ ਕਿ 6 months ਤੱਕ ਦਾ ਰਾਸ਼ਨ ਲੈ ਕੇ ਚੱਲੋ, ਪਹਿਲਾਂ ਵੀ ਹੋ ਸਕਦਾ 6 months ਤੋਂ ਵੱਧ ਵੀ ਸਕਦਾ ਕਿਉਂਕਿ ਕਾਨੂੰਨ ਰੱਦ ਕਰਾਉਣੇ ਆ, ਔਰ ਅਸੀਂ ਤਾਂ ਮੰਨ ਕੇ ਚੱਲਦੇ ਹਾਂ ਕਿ ਅਸੀਂ ਵਿਸਾਖੀ ਤੱਕ ਦੀ ਤਿਆਰੀ ਕਰਕੇ ਚੱਲੀਏ ਔਰ ਹਰ ਰੋਜ਼ ਹਰ ਦਿਨ ਬਾਅਦ ਵੱਡੇ ਤੋਂ ਵੱਡਾ ਐਕਸ਼ਨ ਜਿਹੜਾ ਹੈਗਾ ਇਸੇ ਤਰ੍ਹਾਂ ਅੱਗੇ ਉਹ ਦਿੰਦੇ ਰਵਾਂਗੇ ਜਿੰਨਾ ਸਮਾਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਔਰ MSP ਕਾਨੂੰਨੀ ਅਧਿਕਾਰ ਵਾਲਾ ਜਿਹੜਾ ਹੈਗਾ ਕਾਨੂੰਨ ਬਣ ਨਹੀਂ ਜਾਂਦਾ। ਬਹੁਤ ਬਹੁਤ ਧੰਨਵਾਦ। ਇਹ ਰਜਿੰਦਰ ਜੀ ਨੇ ਦੱਸਿਆ ਜਿਵੇਂ ਕਿ ਕੱਲ੍ਹ ਦੇ ਟਰੈਕਟਰ ਮਾਰਚ ਦਾ ਰੂਟ ਕੀ ਹੋਵੇਗਾ ਐਂਡ ਰੂਟ ਦਾ ਜਿਹੜਾ ਨਕਸ਼ਾ ਤੁਹਾਡੇ ਸਾਹਮਣੇ ਲਿਆਂਦਾ ਹੁਣ ਤੱਕ ਅਸੀਂ ਤਕਰੀਬਨ 60 to 70 ਕਿਲੋਮੀਟਰ ਕਵਰ ਕਰ ਚੁੱਕੇ ਹਾਂ ਆਪਣੀ ਕਾਰ ਦੇ ਵਿੱਚ ਰਸਤੇ ਨੂੰ ਦੇਖਦੇ ਹੋਏ ਐਂਡ ਇਹ ਸਾਰਾ ਰਸਤਾ ਦਿੱਲੀ ਦੇ ਅੰਦਰ ਹੈ ਅਤੇ ਬਹੁਤ ਬਿਜੀ ਰਸਤਾ ਹੈ। ਇੱਥੇ ਬਹੁਤ ਤਾਦਾਦ ਦੇ ਵਿੱਚ ਲੋਕ ਸਾਈਡਾਂ ਦੇ ਉੱਪਰ ਰਹਿ ਰਹੇ ਨੇ ਜਿਹੜੇ ਕੱਲ੍ਹ ਦੇ ਟਰੈਕਟਰ ਪਰੇਡ ਦਾ ਦ੍ਰਿਸ਼ ਦੇਖਣਗੇ। ਉਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਵੀ ਤੁਹਾਨੂੰ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਿਲ ਚੁੱਕਿਆ ਹੈ ਕਿ ਜਥੇਬੰਦੀਆਂ ਸਰਕਾਰਾਂ ਦੇ ਇਸ਼ਾਰਿਆਂ 'ਤੇ ਕੰਮ ਨਹੀਂ ਕਰ ਰਹੀਆਂ, ਕਾਨੂੰਨ ਰੱਦ ਕਰਾਉਣ ਲਈ ਕੰਮ ਕਰ ਰਹੀਆਂ ਨੇ
ਤੇ ਕੱਲ ਦੇ ਟਰੈਕਟਰ ਪਰੇਡ ਤੋਂ ਬਾਅਦ ਜੋ 2 ਦਿਨ ਦੇ ਵਿੱਚ ਤਕਰੀਬਨ ਖਤਮ ਹੋਵੇਗੀ ਉਸ ਤੋਂ ਬਾਅਦ 1 ਫੈਬ ਨੂੰ ਜਿਹੜਾ ਸੰਸਦ ਦੇ ਵਿੱਚ ਪੈਦਲ ਸੰਸਦ ਦਾ ਘਰਾਓ ਕਰਨ ਲਈ ਜਾਇਆ ਜਾਵੇਗਾ। ਜਥੇਬੰਦੀਆਂ ਦੇ ਉੱਪਰ ਵਿਸ਼ਵਾਸ ਰੱਖੋ, ਆਪਣੇ ਹੌਸਲੇ ਬੁਲੰਦ ਰੱਖੋ ਤੇ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ। ਜਿੱਤ ਕੇ ਜ਼ਰੂਰ ਅਸੀਂ ਘਰਾਂ ਨੂੰ ਜਾਵਾਂਗੇ, ਜਿੱਤਾਂਗੇ ਜ਼ਰੂਰ। ਧੰਨਵਾਦ।